ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅਬੋਹਰ ਵਿਖੇ ਕਪਾਹ ਦੀ ਫਸਲ ਤਬਾਹ ਹੋ ਰਹੀ ਹੈ ਅਤੇ ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਵਿਭਾਗ ਦੇ ਕਹੇ ਅਨੁਸਾਰ ਬੀਜ ਵਰਤਿਆ ਗਿਆ ਸੀ ਤੇ ਹੁਣ ਜਦ ਫਸਲ ਪੱਕਣ ਦੀ ਕਗਾਰ ਤੇ ਪਹੁੰਚੀ ਤਾਂ ਅਚਾਨਕ ਕਪਾਹ ਦੀ ਫਸਲ ਸੁੱਕਣ ਲੱਗ ਗਈ ਤੇ ਰੰਗ ਵੀ ਬਦਲਣ ਲੱਗ ਗਿਆ। ਕਿਸਾਨਾਂ ਨੇ ਇਸ ਦੀ ਵਜ੍ਹਾ ਬੀਜ ਦੀ ਖਰਾਬੀ ਦੱਸੀ ਹੈ। ਕਿਸਾਨਾਂ ਦਾ ਕਹਿਣਾ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਲਿਖ ਕੇ ਸ਼ਿਕਾਇਤ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਹੋਈ। ਹਮਨੇ ਜੀ ਇਹ 83773 ਔਰ 83776 ਜੋ ਬੀਜ ਹੈ ਵੋ ਹਮਾਰੇ ਖੇਤ ਮੇਂ ਲਗਾਇਆ ਥਾ ਯੇ ਪਹਿਲੇ ਤੱਕ ਤੋਂ ਠੀਕ ਥਾ। ਆਜ ਸੇ 20 ਦਿਨ ਪਹਿਲੇ ਏਕਾਏਕ ਯੇ ਪੌਦੇ ਸੁੱਕਣੇ ਲੱਗੇ ਔਰ ਪੱਤੇ ਨੀਚੇ ਇਨਕੇ ਸਭੀ ਗਿਰਨੇ ਲੱਗੇ। ਇਸ ਮੇਂ ਹਮਾਰੇ ਕੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਜੋ 50% ਫਲ ਜੋ ਆਜ ਸੇ 20 ਦਿਨ ਔਰ ਆਜ ਤੱਕ ਜੋ ਤਿਆਰ ਹੋਣਾ ਥਾ ਵੋ ਹਮਾਰੀ ਬਚਤ ਥੀ ਵੋ ਹਮਾਰੀ ਬਚਤ ਤੋਂ ਖਤਮ ਹੋ ਗਈ। ਹਮਨੇ ਇਸ ਬਾਬਤ ਕੰਪਨੀ ਸੇ ਜਦ ਸੰਪਰਕ ਕੀਆ ਤੋ ਕੰਪਨੀ ਨੇ ਕੁਛ ਵੀ ਨਹੀਂ ਕਹੇ ਤੋ ਆਪਣਾ ਪੱਲਾ ਜੜ ਲਿਆ ਵੀ ਇਹ ਜ਼ਮੀਨ ਕੀ ਬਿਮਾਰੀ ਹੈ ਹਮਾਰੀ ਬੀਜ ਕੀ ਬਿਮਾਰੀ ਨਹੀਂ ਟੈਂਪਰੇਚਰ ਉੱਪਰ ਹੈ। ਉਹ ਕਹਿ ਰਹੇ ਵੀ ਕੈਲਸ਼ੀਅਮ ਕਲੋਰਾਈਡ ਹੈ ਜੋ ਨਮਕ ਜੋ ਉੱਪਰ ਆ ਜਾਂਦਾ ਹੈ ਉਹ ਹਰ ਸਾਲ ਇਹੀ ਹੋਤਾ ਹੈ 35 ਡਿਗਰੀ ਨਰਮਾ 45 ਡਿਗਰੀ ਸੇ ਨੀਚੇ ਤੋਂ ਪਕਤਾ ਨਹੀਂ। ਉਹ ਕਹਿ 35 ਡਿਗਰੀ ਕੇ ਅੰਦਰ ਜੋ ਕੈਲਸ਼ੀਅਮ ਕਲੋਰਾਈਡ ਹੈ ਉਹ ਉੱਪਰ ਆ ਜਾਂਦਾ ਇਸ ਨਮਕ ਕੀ ਵਜ੍ਹਾ ਸੇ ਹੋ ਗਿਆ। ਹਮਾਰੇ ਐਸੀ ਕੋਈ ਪ੍ਰੋਬਲਮ ਨਹੀਂ ਹੈ ਯਹਾਂ ਪਰ ਹਮਾਰੇ ਜੋ ਟਿਊਬਵੈਲ ਕੇ ਪਾਣੀ ਹੈ ਵੋ ਅੱਛੇ ਪਾਣੀ ਹੈ ਉਨਮੇਂ ਕੋਈ ਪ੍ਰੋਬਲਮ ਨਹੀਂ ਹੈ। ਹਮਨੇ ਜ਼ਮੀਨ ਕਾ ਟੈਸਟ ਵੀ ਕਰਵਾ ਲਿਆ ਹਮਾਰਾ ਜੋ ਕੈਲਸ਼ੀਅਮ ਕਲੋਰਾਈਡ ਹੈ ਵੋ ਪ੍ਰੋਪਰ ਸਹੀ ਹੈ। ਕੰਪਨੀ ਪਿੱਛਾ ਛੁੜਾ ਰਹੀ ਹੈ ਆਗੇ ਵੀ ਇੱਕ ਵਾਰ ਇਹੀ ਕਾਂਡ ਹੁਆ ਤਾਂ 80 ਕਾ ਅਬ ਇਹ ਹਮਾਰੇ ਸਾਥ ਜੋ ਯਹਾਂ ਪਰ ਟੋਟਲ ਆਪਨੇ ਨਜ਼ਦੀਕ ਦੇਖਾ ਹੋਗਾ ਸਭੀ ਨਰਮਾ ਹੈ ਜੋ ਸਭੀ ਖੇਤੋਂ ਮੇਂ ਨਰਮਾ ਸਾਰੇ ਗਾਂਵ ਕਾ ਨਹੀਂ ਅਲੱਗ ਅਲੱਗ ਗਾਂਵ ਕਾ ਨਰਮਾ ਹੈ ਉਹ ਸਭ ਜੁਲਸ ਗਿਆ। ਸਭ ਸੇ ਪ੍ਰੋਬਲਮ ਕਿਸਾਨ ਕੋ ਜੋ ਬੱਚਤ ਹੋਣੀ ਚਾਹੀਏ ਥੀ ਵੋ ਬੱਚਤ ਹਮਾਰੀ ਚਲੀ ਗਈ। ਪੱਲੇ ਸੇ ਲੱਗ ਰਹੇ ਹੈ ਅਬ ਪੈਸੇ ਹਮਾਰੇ ਪੱਲੇ ਸੇ ਲੱਗ ਰਹੇ ਹੈ। ਇੱਕ ਇਸ ਮੇਂ ਇੱਕ ਪ੍ਰੋਬਲਮ ਹੋਰ ਆਏਗੀ ਇਸਕਾ ਜਾੜ ਕਿ ਜੋ ਇਸਕੀ ਰੂਈ ਕੀ ਕੁਆਲਿਟੀ ਹੈ ਵੋ ਵੀ ਗਿਰ ਜਾਏਗੀ ਔਰ ਵੋ ਕੁਆਲਿਟੀ ਗਿਰ ਜਾਏਗੀ ਫਿਰ ਇਸਕਾ ਰੇਟ ਹੈ ਜੋ ਵੋ ਕਮ ਮਿਲੇਗਾ ਹਮਾਰਾ ਜੋ ਕੁਆਲਿਟੀ ਜੈਸੇ ਸਟੇਪਲ ਹੈ ਸਟੇਪਲ ਇਸਕਾ ਡਾਊਨ ਚਲਾ ਜਾਏਗਾ ਰੇਟ ਵੀ ਹਮਾਰੇ ਕੋ ਕਮ ਮਿਲੇਗਾ। ਚੁਗਾਈ ਕੇ ਅੰਦਰ ਚੋਣੀ ਹੈ ਜੋ ਚੁਗਾਈ ਕਰਨ ਵਾਲੇ ਚੁਗਾ ਰਹੇ ਬਹੁਤ ਦੁੱਗਣਾ ਮੰਗੇਗੀ ਪੈਸਾ। ਇਸ ਲਈ ਹਮ ਸਰਕਾਰ ਸੇ ਇਹ ਮੰਗ ਕਰਤੇ ਹੈ ਕਿ ਏਸੀ ਕੰਪਨੀਓ ਕੇ ਉੱਪਰ ਸ਼ਿਕੰਜਾ ਕਸਾ ਜਾਏ ਤਾਂ ਜੋ ਕਿਸਾਨੋ ਕੇ ਸਾਥ ਠੱਗੀ ਨਾ ਹੋ। ਹਰ ਸਾਲ ਹਮਾਰੇ ਸਾਥ ਇਹ ਠੱਗੀ ਹੋਤੀ ਹੈ। ਬੀਜ ਕਾ ਹੈ ਅਸਲੀ ਬੀਜ ਨਹੀਂ ਮਿਲਾ ਕਿਸਾਨੋ ਕੋ ਔਰ ਨਾ ਹੀ ਅਸਲੀ ਦਵਾਈਆਂ ਮਿਲੀ। ਸਪਰੇ ਹਮਨੇ ਇਤਨੀ 8-8 ਸਪਰੇ ਕਰ ਦੀ 4-4 ਫੰਗੀਸਾਈਡ ਕਰ ਦੀ ਟੋਪ ਕੰਪਨੀ ਕੇ ਕੀ ਹੈ ਕੋਈ ਐਸੀ ਵੈਸੀ ਦਵਾਈ ਨਹੀਂ ਕੀ ਔਰ ਇਸ ਹਮੇ ਚਾਰੋ ਤਰਫ ਨੁਕਸਾਨ ਹੋਗਾ ਕਿਉਂਕਿ ਚੁਗਾਈ ਵੀ ਤਾਂ ਦੁੱਗਣੀ ਦੇਣੀ ਪੜੇਗੀ। ਫਸਲ ਮਾੜੀ ਹੈ ਤਾਂ ਉਸਮੇ ਕੋਈ ਉਸਕੋ ਚੁਗਣੇ ਕੋ ਤਿਆਰ ਨਹੀਂ ਹੈ। ਭਾਅ ਵੀ ਹਮੇ ਕਮ ਮਿਲੇਗਾ ਲਾਗਤ ਜ਼ਿਆਦਾ ਹੋਗੀ ਆਮਦਨੀ ਬਿਲਕੁਲ ਕਮ ਹੋਗੀ ਤੋ ਜ਼ਮੀਂਦਾਰ ਤਾਂ ਮਜਬੂਰ ਹੈ। ਆਪ ਕੈਸੇ ਕਹਿ ਸਕਤੇ ਹੋ ਬੀਜ ਨਕਲੀ ਹੈ ਤੋ ਜੇ ਇਹ ਸਾਹਮਣੇ ਆਪਕੇ ਹਮ ਕਿਆ ਕਹੇ। ਕੁਛ ਪੌਦੇ ਸਵਸਥ ਹੈ ਕੁਛ ਪੌਦੇ ਹੈ ਤੋ ਬੀਜ ਮੇਂ ਨੁਕਸ ਹੈ ਜੀਨਸ ਮੇਂ ਆਪ ਜੋ ਜ਼ਮੀਨ ਮੇਂ ਕਮੀ ਨਹੀਂ ਹੈ ਮਿਹਨਤ ਮੇਂ ਕਮੀ ਨਹੀਂ ਹੈ ਦਵਾਈ ਸਪਰੇ ਉਹ ਹਮਨੇ 4-4 8-8 ਕਰ ਦੀ ਸਪਰੇ ਫੰਗੀਸਾਈਡ 4-4 ਕਰ ਦਿਆ ਔਰ ਫਿਰ ਫਸਲ ਨਹੀਂ ਹੋ ਰਹੀ ਹਮ ਤੋ ਬੀਜ ਮੇਂ ਮਾਨੇਂਗੇ। 11 ਸਤੰਬਰ ਕੋ ਹਮਨੇ APPO ਵਹਾਂ ਐਗਰੀਕਲਚਰ ਮਹਿਕਮੇ ਮੇਂ ਸ਼ਿਕਾਇਤ ਕੀ ਹੈ ਆ ਕੇ ਹਮਾਰਾ ਮੌਕਾ ਦੇਖਾ ਜੇ। ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਨੂੰ ਇਹਨਾਂ ਕਿਸਾਨਾਂ ਦੇ ਖੇਤਾਂ ਦੇ ਵਿਸ਼ੇਸ਼ ਦੌਰੇ ਲਈ ਉਹਨਾਂ ਵੱਲੋਂ ਸੰਦੇਸ਼ ਲਿਖਤ 'ਚ ਭੇਜ ਦਿੱਤਾ ਗਿਆ ਹੈ। ਜਿਹੜੀ ਇਹ ਨਰਮੇ ਦੇ ਵਿੱਚ ਰੈਡਲਿੰਗ ਦੀ ਸਮੱਸਿਆ ਆ ਰਹੀ ਹੈ ਲਾਲ ਪੱਤੇ ਪੀੜੇ ਹੋ ਗਏ ਸੁੱਕਰੇ ਹੈ ਇਹਦੇ ਵਾਸਤੇ ਸਾਡੇ ਕੋਲ APPO ਵੋਰ ਨੇ ਵੀ ਲਿਖਤੀ ਦਿੱਤਾ ਫੀਲਡ ਵਿਜਿਟ ਕੀਤਾ ਹੈ। ਪਹਿਲਾਂ ਬਾਕਸਰ ਪਿੰਡ ਸਮੱਸਿਆ ਸੀ ਹੁਣ ਕਈ ਪਿੰਡਾਂ ਲੱਗਦੇ ਪਿੰਡਾਂ ਦੇ ਵਿੱਚ ਵੀ ਆ ਰਹੀ ਹੈ ਇਹਦੇ ਵਾਸਤੇ ਅਸੀਂ ਯੂਨੀਵਰਸਿਟੀ ਨੂੰ 17 ਤਰੀਕ ਨੂੰ ਲਿਖ ਦਿੱਤਾ ਵੀ ਵਿਸ਼ੇਸ਼ ਟੀਮ ਭੇਜੀ ਜਾਵੇ ਇਹਦਾ ਦੌਰਾ ਕਰਕੇ ਦੱਸੇ ਵੀ ਕੀ ਕਾਰਨ ਹੈ ਕਿ ਜ਼ਮੀਨ 'ਚ ਹੈ ਕਿ ਟੈਂਪਰੇਚਰ ਕਰਕੇ ਹੈ ਕਿ ਪਾਣੀ ਕਰਕੇ ਹੈ ਕਿ ਵਰਾਈਟਲ ਹੈ ਇਹਦੇ ਬਾਰੇ ਯੂਨੀਵਰਸਿਟੀ ਤੋਂ ਟੀਮ ਮੰਗੀ ਹੈ। 17 ਤਰੀਕ ਨੂੰ ਉਸ ਤੋਂ ਬਾਅਦ ਇਲੈਕਸ਼ਨ ਆ ਕੇ 2 ਦਿਨ ਬਿਜ਼ੀ ਸੀ ਕੱਲ੍ਹ ਫਿਰ ਕੰਟੈਕਟ ਕਰਾਂ ਯੂਨੀਵਰਸਿਟੀ ਨਾਲ ਕਦੋਂ ਆ ਰਹੇ ਛੇਤੀ ਛੇਤੀ ਦਾ ਦੌਰਾ ਕਰਵਾ ਕੇ ਵਿਖਾ ਕੇ ਸੰਬੰਧਿਤ ਸਮਾਧਾਨ ਕਰਕੇ ਕਿਸਾਨਾਂ ਨੂੰ ਸਲਾਹ ਦੇਵਾਂ। ਕੀ ਲੱਗਦਾ ਕੀ ਹੈ ਜਿਵੇਂ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬੀਜ ਦੇ ਵਿੱਚ ਦਿੱਕਤ ਹੈ। ਕੁਝ ਕਈ ਗੱਲਾਂ ਵੀ ਹੋ ਸਕਦੀਆਂ ਕੋਈ ਪੱਕਾ ਨਹੀਂ ਕਹਿ ਸਕਦਾ ਮੈਂ ਵੀ ਇਸ ਟਾਈਮ ਕਿਸ ਕਰਕੇ ਹੋ ਰਿਹਾ ਹੈ ਹਾਈ ਟੈਂਪਰੇਚਰ ਲੋਅ ਟੈਂਪਰੇਚਰ ਕਰਕੇ ਵੀ ਹੋ ਰਿਹਾ ਪਾਣੀ ਮਾੜੇ ਦਾ ਵੀ ਹੋ ਸਕਦਾ ਹੈ ਵਰਾਈਟਲ ਵੀ ਹੋ ਸਕਦਾ ਹੈ ਕਈ ਤਰ੍ਹਾਂ ਦਾ ਹੈ ਕੁਛ ਨਹੀਂ ਮੈਂ ਜਦੋਂ ਤੱਕ ਯੂਨੀਵਰਸਿਟੀ ਦਾ ਐਕਸਪਰਟ ਉਹ ਵੀ ਦੱਸ ਸਕਦੇ ਕਿ ਸਾਡਾ ਕੰਮ ਐਕਸਟੈਂਸ਼ਨ ਦਾ ਅਸੀਂ ਤਾਂ ਉਹਨੀ ਸਲਾਹ ਨਾਲ ਕਰਾਂਗੇ। ਇਸੇ ਕਰਕੇ ਇਸ ਯੂਨੀਵਰਸਿਟੀ ਨੂੰ ਲਿਖ ਦਿੱਤਾ PA ਨੂੰ ਵੀ ਉਹ ਆਪਦੀ ਟੀਮ ਭੇਜੇ ਅਤੇ ਦੌਰਾ ਕਰਕੇ ਸਾਨੂੰ ਦੱਸੇ ਇਹਦਾ ਤੁਹਾਡੇ ਜੋ ਨੋਟਿਸ 'ਚ ਆਇਆ ਉਹਦੇ ਹਿਸਾਬ ਨਾਲ ਹੈ ਹੋਇਆ ਕੀ ਹੈ ਇਫੈਕਟ ਪਿਆ ਕੀ ਹੈ ਨਰਮੇ ਨੂੰ ਇਫੈਕਟ ਇਹਦੇ ਨਾਲ ਕੀ ਹੁੰਦਾ ਜੀ ਪਹਿਲਾਂ ਪੱਤੇ ਥੋੜ੍ਹੇ ਜਿਹੇ ਭੂਰੇ ਹੋ ਕੇ ਲਾਲ ਹੋ ਕੇ ਤੱਬੇ ਹੋ ਕੇ ਲਾਲ ਹੋ ਕੇ ਫਿਰ ਨਰਮਾ ਸੁੱਕਣਾ ਸ਼ੁਰੂ ਹੋ ਜਾਂਦਾ ਅਤੇ ਉਹਦੇ ਨਾਲ ਝਾੜ ਦਾ ਨੁਕਸਾਨ ਹੁੰਦਾ ਵਾ। ਅਬੋਹਰ ਤੋਂ ਸੰਜੀਵ ਅਰੋੜਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।